ਸਮਾਦ ਖੁੱਲੀ ਪਟੀ ਜੀ ਬਣੀ ਹੁੰਦੀ ਗੇਟ ਖੁੱਲਾ ਦੀ ਅੱਛਾ ਗੇਟ ਖੁੱਲਾ ਦੀ ਤੁਸੀਂ ਕਿੰਨੇ ਜਣੇ ਸੀਗੇ ਕੀ ਹੋਇਆ ਸਾਨੂੰ ਇਹਨਾਂ ਨੇ ਫੜ ਲਿਆ ਕਿਹਨਾਂ ਨੇ ਬਣਵਾਉਰੀ ਦੇ ਬੰਦਿਆਂ ਨੇ ਉੱਥੇ ਹੀ ਸਰਪੰਚ ਆ ਗਿਆ ਬਣਵਾਉਰੀ ਦਾ ਉਹ ਕਹਿੰਦਾ ਇਹਨਾਂ ਨੇ ਕਿਹਾ ਹੀ ਉਹਨਾਂ ਨੇ ਸਾਨੂੰ ਕੁਛ ਵੀ ਚਾਹੀ ਕੋਈ ਗੱਲ ਸੀ ਸਾਨੂੰ ਜਾਣਕਾਰੀ ਕਿੱਥੇ ਲੱਗੇ ਕੀ ਕੀ ਕਿੱਥੇ ਕਿੱਥੇ ਮਾਰੀ ਤੁਹਾਡੀ ਕੀ ਮਾਰਿਆ ਕੀ ਉਹਨਾਂ ਨੇ ਮਾਰਿਆ ਇਹ ਸਾਡੇ ਬਣਵਾਉਰੀ ਵਾਲੇ ਕਹਿੰਦੇ ਇਹਨਾਂ ਨੂੰ ਲੈ ਜਾਓ ਗੱਡੀ 'ਚ ਪਾ ਕੇ ਉਹਨਾਂ ਨੂੰ ਗੋਲੀ ਇਹਦੀ ਭਾਜੇ ਭਾਜੇ ਥੱਕ ਗਈ ਸਾਡੇ ਵਿੱਚ ਸਕੂਟਰੀ ਮਾਰ ਦਿੱਤੀ ਜਦੋਂ ਹੀ ਹੌਲੀ ਹੋ ਜਾਂਦਾ ਨੇ ਡੰਡਾ ਤੋੜ ਲਿਆ ਡੰਡਾ ਮਾਰਨ ਲੱਗੇ ਜਿਹੜੀ ਕਿੰਨੀ ਪੁੱਤ ਕੇ ਪੜਦਾਂਗਾ ਕਿਹੜੀ ਕਲਾਸ ਚ ਬੱਚੇ ਨੇਗੇ ਵੀ ਚੱਲ ਇਹਨਾਂ ਨੂੰ ਦੋ ਦੋ ਥੱਪੜ ਲਾ ਕੇ ਛੱਡ ਦੋ ਇਹਨਾਂ ਨੂੰ ਦੋ ਦੋ ਥੱਪੜ ਲਾ ਕੇ ਛੱਡ ਦੇ ਸਾਨੂੰ ਸਾਡੇ ਪਿੰਡ ਦੀ ਪੰਚਾਇਤ ਨੇ ਕੁੱਟੇ ਗਏ ਇੱਥੇ ਡੰਡੇ
ਅਸੀਂ ਖੇਡਦੇ ਖੇਡਦੇ ਹੀ ਲਾਗਲੇ ਪਿੰਡ ਬਨਭੌਰੀ ਚਲੇ ਗਏ ਸਾਤੋਂ ਉੱਥੇ ਸ਼ਰਾਰਤ ਹੋ ਗਈ ਕੀ ਹੋਇਆ ਬੱਚਾ ਅਸੀਂ ਉੱਥੇ ਸਮਾਤੀ ਖੱਤੇ ਚ ਖੱਤਿਆਂ ਵਿੱਚ ਹੀ ਉਹਦੀ ਉਹ ਹੋਈ ਉਹਦੇ 2-300 ਰੁਪਏ ਪਏ ਸੀ ਅਸੀਂ ਨੇ ਚੱਕ ਲਿਆ ਜੀ ਤੇ ਬਨਭੌਰੀ ਦੇ ਬੰਦਿਆਂ ਨੇ ਸਾਨੂੰ ਫੜ ਲਿਆ ਜੀ ਉੱਥੇ ਉਹਨਾਂ ਨੇ ਕੁੱਟਿਆ ਸਾਨੂੰ 4-5 ਥੱਪੜ ਮਾਰੇ ਫਿਰ ਹੀ ਸਾਡੇ ਪਿੰਡ ਦੀ ਪੰਚਾਇਤ ਨੂੰ ਬੁਲਾ ਲਿਆ ਜੀ ਉਹਨਾਂ ਦੇ ਕਿਸੇ ਬੰਦੇ ਨੇ ਜੀ ਉਹ ਉਹਨਾਂ ਨੇ ਸਾਨੂੰ ਸਾਡੀ ਪੰਚਾਇਤ ਨੂੰ ਸੌਂਪਤਾ ਵੀ ਇਹਨਾਂ ਨੂੰ ਲਿਆ ਕੇ ਇਹਦੇ ਮਾਂ ਪਿਓ ਨੂੰ ਦੇ ਸੌਂਪ ਦਿਓ ਫਿਰ ਉਹ ਸਾਨੂੰ ਜੀ ਬਨਭੌਰੀ ਤੋਂ ਪਿੱਛੇ ਹੱਥ ਬੰਨ ਕੇ ਜੀ ਤੋਰ ਦੇ ਲੈ ਕੇ ਆਏ ਨੇ ਜੀ ਉੱਥੋਂ ਸਾਡੇ ਕੋਲ ਵੀਡੀਓ ਵੀ ਬਣੀ ਹੋਈ ਆ ਜੀ ਉਹ ਸਾਨੂੰ ਤੋਰ ਦੇ ਲੈ ਕੇ ਆਏ ਨੇ ਜੀ ਜਦੋਂ ਅਸੀਂ 4 ਕਿਲੋਮੀਟਰ ਪਿੰਡ ਤੀ ਸਾਡਾ ਫਿਰ ਸੀਗਾ ਜੀ ਥੱਕ ਗਏ ਸੀ ਸਾਨੂੰ ਕਹਿੰਦੇ ਜੀ ਵੀ ਭੱਜੋ ਸਾਡੇ ਵਿੱਚ ਲਿਆ ਕੇ ਸਕੂਟਰੀ ਮਾਰ ਦਿੱਤੀ ਫਿਰ ਜੀ ਅੱਧੇ ਰਾਹ 'ਚ ਸਰਪੰਚ ਅਤੇ ਮਹਿੰਦਰ ਫੌਜੀ ਨੇ ਜੀ ਡੰਡਾ ਤੋੜ ਲਿਆ ਹੈ ਨਾ ਜੀ ਮਹਿੰਦਰ ਫੌਜੀ ਨੇ ਡੰਡਾ ਤੋੜ ਲਿਆ ਜੀ ਡੰਡਾ ਡੰਡੇ ਮਾਰਦੇ ਆਏ ਨੇ ਜਦੋਂ ਅਸੀਂ ਹੌਲੀ ਹੋਏ ਤੀ ਇਹਦੇ ਇਹਦੇ ਡੰਡਾ ਮਾਰ ਲੱਗੀ ਨੇ ਗੁੱਟ ਮੂਹਰੇ ਕਰ ਲਿਆ ਅਤੇ ਗੁੱਟ ਤੋੜਤਾ ਜੀ ਫਿਰ ਇਹਦੇ ਟੂਈ 'ਤੇ ਲਾਸਾਂ ਵੀ ਪਈਆਂ ਹੋਈਆਂ ਨੇ ਜੀ ਫਿਰ ਜੀ ਸਾਨੂੰ ਬਾਅਦ 'ਚੋਂ ਜੀ ਪਿੰਡ ਲਿਆ ਕੇ ਸਾਰੇ ਪਿੰਡ ਦੇ ਆਲੇ ਦੁਆਲੇ ਗੇੜਾ ਕਢਾ ਕੇ ਦਰਵਾਜ਼ੇ 'ਚ ਖੜਾ ਕੇ ਕੁੱਟੇ ਨੇ ਜੀ ਫਿਰ ਜੀ ਸਾਨੂੰ ਜੁਰਮਾਨਾ ਲਾਤਾ ਕਹਿੰਦੀ 5000 ਰੁਪਇਆ ਜੁਰਮਾਨਾ ਹੈਗਾ ਤੁਹਾਡਾ ਫਿਰ ਮੇਰੇ ਡੈਡੀ ਹੁਣੀ ਵੀ ਮੇਰੇ ਡੈਡੀ ਤਿੰਨਾਂ ਜਣਿਆਂ ਦੇ ਡੈਡੀ ਭਰਨ ਗਏ ਜਦੋਂ ਉਹਨਾਂ ਉਹ ਸਾਨੂੰ ਉਹਨਾਂ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਮੇਰੇ ਡੈਡੀ ਉਹਨਾਂ ਨੇ ਵੀ ਰਸੀਦ ਦੇ ਦਿਓ ਸਾਨੂੰ ਵੀ ਜੁਰਮਾਨਾ ਲੈ ਲਓ ਉਹ ਕਹਿੰਦੇ ਵੀ ਰਸੀਦ ਤਾਂ ਅਸੀਂ ਦਿੰਦੇ ਨਹੀਂ ਵੀ ਜਿਹੜਾ ਉਹ ਕਰਨਾ ਤੁਸੀਂ ਕਰ ਲਓ ਅਸੀਂ ਮੇਰੇ ਡੈਡੀ ਉਹਨੇ ਕਹਿੰਦੇ ਵੀ ਤੁਸੀਂ ਪੈਸੇ ਨਹੀਂ ਦਿੰਦੇ ਉਹ ਕਹਿੰਦੇ ਵੀ ਅਸੀਂ ਕਹਿੰਦਾ ਵੀ ਤੁਸੀਂ ਪੈਸੇ ਤਾਂ ਲੈ ਲਾਂਗੇ ਕਿਵੇਂ ਨਾ ਕਿਵੇਂ ਕਰਕੇ ਅਸੀਂ ਕਿਹਾ ਵੀ ਫਿਰ ਵੀ ਪੈਸੇ ਲੈ ਕੇ ਦਿਖਾ ਫਿਰ ਪਿੰਡ ਦੇ ਵਿੱਚ ਘੁਮਾਇਆ ਤੁਹਾਨੂੰ ਹਾਂ ਜੀ ਪਿੰਡ ਦੇ ਵਿੱਚ ਆਲੇ ਦੁਆਲੇ ਸਾਰੇ ਪਿੰਡ 'ਚ ਕਿੰਨੇ ਕਿਲੋਮੀਟਰ ਕਿੰਨਾ ਕੁ ਬਹੁਤ ਘੁਮਾਇਆ ਜੀ ਅੱਛਾ ਹਾਂ ਨਾਲ ਕੁੱਟਿਆ ਨਾਲ ਹੀ ਕੁੱਟਿਆ ਪਟਕਾ ਵੀਡੀਓ ਬਣੀ ਹੋਈ ਆ ਜੀ ਫਿਰ ਸਾਨੂੰ ਕਹਿੰਦੇ ਜਦੋਂ ਮੇਰੇ ਡੈਡੀ ਨੂੰ ਭਰਨ ਗਏ ਜੁਰਮਾਨਾ ਜੀ ਉਹਨਾਂ ਨੂੰ ਕਹਿੰਦੇ ਵੀ ਅਸੀਂ ਰਸੀਦ ਨਹੀਂ ਦਿੰਦੇ ਫਿਰ ਅਸੀਂ ਕਿਹਾ ਵੀ ਅਸੀਂ ਪੈਸੇ ਨਹੀਂ ਦਿੰਦੇ ਹੈਗੇ ਉਹਨਾਂ ਨੇ ਮੇਰੇ ਡੈਡੀ ਨੇ ਵੀ ਧੱਕਾ ਧੁੱਕਾ ਮਾਰਿਆ ਜੀ ਮੇਰੇ ਡੈਡੀ ਦੀ ਗੁਲਾਮਾਂ ਫੜ ਲਈ ਦਾੜੀ ਦੂੜੀ ਪੱਟਤੀ ਇਹਨਾਂ ਨਾਲ ਉਹ ਕੀਤੀ ਤੀ ਪੁਲਠੇ ਗਾਲਾਂ ਗੁਲਾਂ ਕੱਢੀਆਂ ਜੀ ਬੇਟਾ ਕੀ ਕੰਮ ਕਰਦੇ ਨੇ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਮੈਂ ਜੀ 9ਵੀਂ 'ਚ ਪੜ੍ਹਦਾ ਜੀ ਮੇਰੇ ਡੈਡੀ ਦਿਹਾੜੀ ਕਰਦੇ ਨੇ ਤੇਰੀ ਉਮਰ ਕਿੰਨੀ ਹੈ ਮੇਰੀ 13 ਸਾਲ ਉਮਰ ਹੈ ਮੁਹੰਮਦ ਮਦਰਲ ਜੀ ਕਿਹੜੀ ਕਲਾਸ 'ਚ ਪੜ੍ਹਦਾ ਜੀ 8ਵੀਂ 'ਚ ਮੁਹੰਮਦ ਕੀ ਹੋਇਆ ਕੀ ਕਰਦੇ ਨੇ ਤੇਰੇ ਡੈਡੀ ਦਿਹਾੜੀ ਕਰਦੇ ਨੇ ਬੇਟਾ ਕੀ ਹੋਇਆ ਸੀਗਾ ਕੀ ਕੀਤਾ ਤੇਰੇ ਅਸੀਂ ਖੇਡਦੇ ਖੇਡਦੇ ਲਾਗਲੇ ਪਿੰਡ ਵੱਗ ਗਏ ਤੀ ਉੱਥੇ ਸਾਨੂੰ ਜੀ ਸਾਨੇ ਜੀ ਕੋਈ ਸ਼ਰਾਰਤ ਕਰਤੀ ਕੀ ਕੀਤਾ ਬੇਟਾ ਜੇ ਸਮਾਜ 'ਚ ਪੈਸੇ ਚੱਕ ਲਏ ਤੀ ਗਈ ਉੱਥੇ ਜੀ 200 ਰੁਪਇਆ ਤੀ ਗਈ ਅਸੀਂ ਉਹ ਪਿੰਡ ਦੀ ਆਏ ਜੀ ਸਾਨੂੰ ਫੜ ਲਿਆ ਜੀ ਸਾਡੇ ਲੱਪੜ ਲੁੱਪੜ ਲਾਏ ਜੀ ਸਾਡੇ ਪਿੰਡ ਦੀ ਪੰਚਾਇਤ ਬੁਲਾ ਲਈ ਸਾਡੇ ਪਿੰਡ ਦੀ ਪੰਚਾਇਤ ਨੇ ਜਾਣ ਸਾਰੀ ਸਾਨੂੰ ਕੁਛ ਨਹੀਂ ਪੁੱਛਿਆ ਜੀ ਜਾਣ ਸਾਰ ਸਾਨੇ ਕੁੱਟਣ ਲੱਗ ਗਏ ਜੀ ਬਾਅਦ 'ਚ ਸਾਨੂੰ ਹੱਥ ਬੰਨ ਕੇ ਜੀ ਬਨਭੌਜ ਤੋਂ ਪਸੌੜ ਲਿਆਉਣ ਲੱਗੇ ਸਾਨੂੰ ਡੰਗਰਾਂ ਵਾਂਗੂ ਲੈ ਕੇ ਆਏ ਨੇ ਜੀ ਵਿਆਹ 'ਚ ਸਾਨੂੰ ਕਣਕਾਂ 'ਚ ਢਾਟਾ ਵੀ ਕੁੱਟਿਆ ਅਤੇ ਉਹਨਾਂ ਨੇ ਜੀ ਅਸੀਂ ਨਾ ਭਾ ਦਿੱਤੇ ਕਿ ਸਾਡੇ 'ਚ ਸਕੂਟਰ ਮਾਰੀ ਮਹਿੰਦਰ ਫੌਜੀ ਨੇ ਅਤੇ ਸਰਪੰਚ ਨੇ ਜੀ ਅਤੇ ਉਦੋਂ ਬਾਅਦ ਜੀ ਉਹਨਾਂ ਨੇ ਡੰਡਾ ਤੋੜ ਲਿਆ ਜੀ ਜਿਵੇਂ ਮੈਂ ਡੰਡਾ ਮਾਰਨ ਤੋਂ ਬਚਾਉਣ ਦਿੱਤੀ ਜੀ ਮੇਰੇ ਗੁੱਟ 'ਤੇ ਵੱਜਿਆ ਮੇਰਾ ਗੁੱਟ ਤੋੜਤਾ ਅਤੇ ਮੇਰੇ ਢੂਹੀ 'ਤੇ ਨੀਲ ਹੈਗੇ ਨੇ ਜੀ ਜੀ ਮੂੰਹ 'ਤੇ ਵੀ ਬੂਟ ਮਾਰੇ ਨੇ ਦਾਗ ਨੇ ਜੀ ਮੇਰੇ ਹਜੇ ਵੀ ਅਤੇ ਇਹ ਹੈ ਅਸੀਂ ਹੁਣ ਇਹ ਮੰਗ ਕਰਦੇ ਹਾਂ ਇਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਨੂੰ ਕੀਤੀ ਜਾਵੇ ਕਿਹੜੀ ਕਲਾਸ 'ਚ ਪੜ੍ਹਦਾ ਕਿੰਨੀ ਉਮਰ ਹੈ 8ਵੀਂ 'ਚ ਪੜ੍ਹਦਾ ਜੀ ਮੇਰੀ ਉਮਰ 13 ਸਾਲ ਆ ਜੀ ਕਿਹ ਜਾਣਾ ਤੁਸੀਂ ਅਸੀਂ 4 ਜਾਣੇ ਆ ਜੀ ਇਹ ਜਿਹੜੇ ਨਾਬਾਲਗ ਬੱਚੇ ਨੇ ਜਿਹਨਾਂ ਦੀ ਉਮਰ 12-13 ਸਾਲ ਆ ਗਈ ਇਹਨਾਂ 'ਤੇ ਜਿਹੜੀ ਇੱਥੋਂ ਦੀ ਪੰਚਾਇਤ ਹੈਗੀ ਜਾਂ ਕੁਛ ਮੈਂਬਰ ਨੇ ਉਹਨਾਂ ਨੇ ਤਸ਼ੱਦਦ ਕੀਤਾ ਅਤੇ 4 ਕਿਲੋਮੀਟਰ ਦੀ ਦੌੜ ਇਹਨਾਂ ਤੋਂ ਭਜਾ ਕੇ ਲੈ ਕੇ ਆਏ ਨੇ ਇਹਨੂੰ ਕੁੱਟਦੇ ਲੈ ਕੇ ਆਏ ਨੇ ਡੰਡੇ ਨਾਲ ਉਸ ਤੋਂ ਬਾਅਦ ਪਿੰਡ ਦੇ ਦਰਵਾਜ਼ੇ ਲਿਆ ਕੇ ਕੁੱਟ ਕੇ ਅਤੇ ਇਹਨਾਂ ਦਾ ਜਿਹੜਾ ਪੂਰੇ ਪਿੰਡ ਦੇ ਉੱਤੋਂ ਦੀ ਰੌਂਡ ਲਵਾਇਆ ਅਤੇ ਇਹਨਾਂ ਬੱਚਿਆਂ ਨੂੰ ਡਰਾਇਆ ਧਮਕਾਇਆ ਗਿਆ ਵੀ ਤੁਹਾਡੇ ਕਰੰਟ ਲਾਵਾਂਗੇ ਤੁਹਾਡੇ ਮੱਥੇ 'ਤੇ ਅਸੀਂ ਚੋਰ ਲਿਖਾਵਾਂਗੇ ਇੱਥੋਂ ਤੱਕ ਦੀ ਘਿਨਾਉਣੀ ਹਰਕਤ ਜਿਹੜੀ ਉੱਥੇ ਪਿੰਡ ਦੇ ਘੜੰਮ ਚੌਧਰੀਆਂ ਨੇ ਕੀਤੀ ਹੈਗੀ ਸਾਡੇ ਵੱਲੋਂ ਇਹਨਾਂ ਪਰਿਵਾਰਾਂ ਨਾਲ ਗਰੀਬ ਪਰਿਵਾਰਾਂ ਨਾਲ ਪੂਰਾ ਇਨਸਾਫ ਦਵਾਇਆ ਜਾਊਗਾ ਅਤੇ ਸਾਡੇ ਵੱਲੋਂ SSP ਨੂੰ ਦਰਖਾਸਤ ਦਿੱਤੀ ਅਤੇ
ਚਿਲਡਰਨ ਕਮਿਸ਼ਨ ਨੂੰ ਵੀ ਦਰਖਾਸਤ ਦਿੱਤੀ ਗਈ ਹੈਗੀ। ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਜੀ ਬੱਚੇ? ਇਹ ਬੱਚੇ ਜੀ ਦੋ ਬੱਚੇ ਬੀ ਸੀ ਨੇਗੇ ਅਤੇ ਇੱਕ ਬੱਚਾ ਐਸ ਸੀ ਹੈ, ਜਿਹੜੇ ਉੱਥੋਂ ਦੇ ਜ਼ਿਮੀਂਦਾਰ ਘਰਾਣੇ ਦੇ ਮੈਂਬਰ ਸੀਗੇ, ਉਹਨਾਂ ਨੇ ਜਾਣ ਬੁੱਝ ਕੇ ਕੁਛ ਉਹਨਾਂ ਦੀ ਪਿੰਡ ਦੇ ਵਿੱਚੋਂ ਪਤਾ ਕੀਤਾ ਹੈਗਾ, ਘਟੀਆ ਮਾਨਸਿਕਤਾ ਰੱਖਣ ਕਾਰਨ ਜਾਣ ਬੁੱਝ ਕੇ ਇਹਨਾਂ ਨਾਲ ਐਸ ਸੀ ਹੋਣ ਕਰਕੇ, ਗਰੀਬ ਹੋਣ ਕਰਕੇ ਇਹਨਾਂ ਨਾਲ ਤਸ਼ੱਦਦ ਕੀਤਾ ਹੈਗਾ। ਅਤੇ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂਗੇ ਵੀ ਇੱਦਾਂ ਦੀ ਪੰਚਾਇਤਾਂ ਨੂੰ ਜਾਂ ਇੱਥੋਂ ਦੇ ਡੀ ਸੀ ਤੋਂ ਮੰਗ ਕਰਦੇ ਹਾਂਗੇ ਵੀ ਇਹ ਪੰਚਾਇਤ ਨੂੰ ਭੰਗ ਕੀਤਾ ਜਾਵੇ ਅਤੇ ਉਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਹਨੇ ਪਿੰਡ 'ਚੋਂ ਬਾਹਰ ਕੱਢਣ ਦੀ ਵੀ ਧਮਕੀ ਦਿੱਤੀ ਗਈ? ਇਹਨਾਂ ਦੇ ਵਿੱਚੋਂ ਜੀ ਇੱਕ ਪਰਿਵਾਰ ਬਿਹਾਰ ਤੋਂ ਰਹਿੰਦੇ ਇੱਥੇ 20-25 ਸਾਲ ਤੋਂ, ਉਹਨੂੰ ਕਹਿੰਦੇ ਵੀ ਜੇ ਤੂੰ ਆਪਣੇ ਬੱਚੇ ਨੂੰ ਦਾਖਲ ਕਰਵਾਇਆ ਜਾਂ ਸਾਡੇ ਖਿਲਾਫ਼ ਗਿਆ ਤੈਨੂੰ ਮਤਾ ਪਾ ਕੇ ਅਸੀਂ ਪਿੰਡ ਤੋਂ ਬਾਹਰ ਕਰ ਦਾਂਗੇ। ਵੀਡੀਓ ਬਣਾਈ ਇਹਨਾਂ ਦੀ? ਹਾਂਜੀ, ਇਹਨਾਂ ਬੱਚਿਆਂ ਦੀ ਵੀਡੀਓ ਵਾਇਰਲ ਹੋਈ ਹੈਗੀ ਅਤੇ ਉਹ ਵੀਡੀਓ ਦੇ ਕੁਛ ਸਾਡੇ ਕੋਲ ਅੰਸ਼ੀ ਨੇਗੇ ਅਤੇ ਬਾਕੀ ਵੀਡੀਓ ਅਸੀਂ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਸਰ ਇਹ ਤਾਂ ਬੱਚੇ ਸਾਡੇ ਚਲੇ ਗਏ ਜੀ ਲਾਗਦੇ ਪਿੰਡ ਦੇ ਵਿੱਚ, ਉੱਥੋਂ ਇਹਨਾਂ ਨੇ ਕੁਛ ਸਮਾਧ ਤੋਂ ਪੈਸੇ ਪੂਹੇ ਚੱਕ ਲਏ ਜੀ, ਉਹਨਾਂ ਨੇ ਫੜ ਲਿਆ ਚਲੋ ਜੀ ਪਿੰਡ ਦੇ ਬੰਦਿਆਂ ਨੇ, ਅਤੇ ਉਹਨਾਂ ਨੇ ਇਹਨਾਂ ਨੂੰ ਕੁੱਟਿਆ ਮਾਰਿਆ, ਥੱਪੜ ਥੁੱਪੜ ਮਾਰੇ ਅਤੇ ਆਪਣੇ ਪਿੰਡ ਵਾਲੀ ਸਰਪੰਚ ਇਹਨਾਂ ਨੂੰ ਦੇ ਦਿੱਤੇ, ਮਹਿੰਦਰ ਸਿੰਘ ਹੋਣਾ ਨੂੰ ਵੀ ਸਰਪੰਚ ਨੂੰ ਦੇ ਦਿੱਤੇ ਜੀ ਵੀ ਇਹ ਬੱਚੇ ਆਪਣੇ ਲੈ ਜਾਓ ਵੀ ਇਸ ਤਰ੍ਹਾਂ ਇਹਨਾਂ ਨੇ ਗਲਤੀ ਕੀਤੀ ਆ। ਅਤੇ ਉਹਨਾਂ ਨੇ ਜੀ ਬਾਹਰ ਜਾ ਕੇ ਇਹਨਾਂ ਨੂੰ ਪਿੱਛੋਂ ਬੰਨ ਲਿਆ ਜੀ ਰੱਸੀ ਦੇ ਨਾਲ ਅਤੇ ਕੁੱਟਦੇ ਮਾਰਦੇ ਲੈ ਕੇ ਆਇਆ, ਫਿਰ ਰਾਹ ਦੇ ਵਿੱਚ ਜੀ ਡੰਡਾ ਤੋੜ ਲਿਆ ਮੁੰਡੇ ਦੇ, ਇੱਕ ਦੇ ਸੋਟੀ ਮਾਰੀ ਉਹਦਾ ਗੁੱਟ ਤੋੜਤਾ ਜੀ ਅਤੇ ਆ ਕੇ ਸੱਤ ਦੇ ਵਿੱਚ ਸਾਰੇ ਘੁਮਾਇਆ ਜੀ ਪਿੰਡ ਦੇ ਉੱਪਰ ਦੀ ਗੇੜੇ ਗੂੜੇ ਦੇ ਕੇ ਅਤੇ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਗਾਹਾਂ ਦੱਸੀ ਗੱਲਬਾਤ ਵੀ ਤੁਹਾਡੇ ਕਰੰਟ ਵੀ ਲਾਵਾਂਗੇ ਤੁਹਾਨੂੰ ਅਤੇ ਤੁਹਾਡੇ ਮੱਥੇ 'ਤੇ ਕਹਿੰਦੇ ਇਹਨਾਂ 'ਤੇ ਜ਼ੋਰ ਲਿਖੋ ਜੀ, ਇਸ ਕਰਕੇ ਸਾਡੀ ਬੇਇੱਜ਼ਤੀ ਪਿੰਡ ਦੇ ਵਿੱਚ ਹੋਈ ਆ ਜੀ ਬਹੁਤ। ਫਿਰ ਉਦੋਂ ਬਾਅਦ 'ਚੋਂ ਜੁਰਮਾਨਾ ਕਰਤਾ ਸਰ ਇਹਨਾਂ ਨੇ 5,000 ਰੁਪਇਆ, ਅਸੀਂ ਨੇ ਆਖਿਆ ਵੀ ਚਲੋ ਵੀ ਭਰ ਦਿੰਦੇ ਹਾਂ, ਅਸੀਂ ਗਏ ਜੀ ਉਹਨਾਂ ਕੋਲ ਮੈਂਬਰ ਸਰਪੰਚ ਕੋਲ ਅਤੇ ਉਹਨੂੰ ਕਿਹਾ ਵੀ ਸਾਨੂੰ ਲਿਖ ਕੇ ਦੇ ਦੇ ਥੋੜ੍ਹਾ ਜਿਹਾ ਵੀ ਚੱਲ ਅਸੀਂ ਵੀ ਜੁਰਮਾਨਾ ਲੈ ਲਓ ਸਾਡੇ ਤੋਂ, ਅਤੇ ਉਦੋਂ ਬਾਅਦ 'ਚੋਂ ਜੀ ਉਹਨਾਂ ਨੇ ਕਹਿੰਦੇ ਅਸੀਂ ਵੀ ਲਿਖ ਕੇ ਨਹੀਂ ਦਿੰਦੇ ਸਾਨੂੰ, ਮੈਨੂੰ ਧੱਕੇ ਮਾਰੇ, ਮੇਰੀ ਦਾੜੀ ਫੜ ਲਈ ਜੀ, ਗਾਲਾਂ ਵੀ ਕੱਢੀਆਂ ਜੀ ਮੈਨੂੰ, ਕਹਿੰਦੇ ਵੀ ਇਸ ਤਰ੍ਹਾਂ ਸਾਨੂੰ ਮਾਂ ਬਾਪ ਬੇਇੱਜ਼ਤੀ ਹੋਈ ਆ ਜੀ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਹੁਣ ਕਿੱਥੇ ਕੰਪਲੀਟ ਕੀਤੀ ਹੈ? ਅਸੀਂ ਇੱਥੇ ਸੰਗਰੂਰ ਦਿੱਤੀ ਹੈ ਜੀ SSP ਸਾਹਿਬ ਦੇ। ਕੀ ਮੰਗ ਕਰਦੇ ਸੀ? ਮੰਗ ਜੀ ਇਹੀ ਸਾਡੇ ਵੀ ਸਾਨੂੰ ਇਨਸਾਫ ਮਿਲੇ ਜੀ, ਇਹਨਾਂ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਸਾਡੇ ਨੋਟਿਸ ਦੇ ਵਿੱਚ ਹੁਣ ਇਹ ਗੱਲ ਆਈ ਹੈ ਜੀ, ਅਤੇ ਪੁਲਿਸ ਪਾਰਟੀ ਹੈ ਜਿਹੜੀ ਭਸੌੜ ਪਿੰਡ ਪਹੁੰਚ ਚੁੱਕੀ ਹੈ, ਅਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ। ਉਹਨੇ ਪਰਿਵਾਰ ਨੇ ਕਿਹਾ ਹੈ ਕਿ ਜਿਹੜੇ ਥਾਣੇ ਦੀ ਪੁਲਿਸ ਹੈ ਉਹ ਆਈ ਸੀ, ਉਹਨਾਂ ਦੇ ਮੋਬਾਈਲ ਵਗੈਰਾ ਵੀ ਲੈ ਕੇ ਗਈ ਆ? ਨਹੀਂ, ਪਹਿਲਾਂ ਪੰਚਾਇਤ ਨੇ ਇਹਨਾਂ ਦੇ ਖਿਲਾਫ਼ ਦਰਖਾਸਤ ਦਿੱਤੀ ਸੀ ਅਤੇ ਉਸ ਦਰਖਾਸਤ ਦੇ ਤਹਿਤ ਪੰਚਾਇਤ ਹੈ, ਪੰਚਾਇਤ ਦੀ ਦਰਖਾਸਤ 'ਤੇ ਕਾਰਵਾਈ ਵਾਸਤੇ ਪੁਲਿਸ ਪਾਰਟੀ ਗਈ ਸੀ ਅਤੇ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ। ਜਿਹੜੀ ਕਾਰਵਾਈ ਉਹ ਕਿਹਨਾਂ ਕਿਹਨਾਂ ਦੇ ਖਿਲਾਫ਼ ਹੋ ਰਹੀ ਹੈ? ਜਿਹੜੀ ਜਿਹਨਾਂ ਦੇ ਖਿਲਾਫ਼ ਵੀ ਉਹ ਬਿਆਨ ਲਿਖਾਉਣਗੇ ਜੀ, ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹ। ਜੋ ਬਣਦਾ ਲੀਗਲ ਐਕਸ਼ਨ ਹੋਊਗਾ ਜੀ ਉਹ ਡੈਫੀਨੇਟਲੀ ਹੋਊਗਾ। ਅੱਜ ਤੱਕ ਅਨੇਕਾਂ ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਵਸਾਉਣ ਵਾਲੇ ਮਨੀਸ਼ ਆਚਾਰੀਆ, ਸੰਪਰਕ ਕਰੋ 9969600755, ਪਤਾ ਫਗਵਾੜਾ ਪੰਜਾਬ। ਤਕਦੀਰ ਕਦੋਂ ਬਦਲੇਗੀ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਖੋਇਆ ਪਿਆਰ ਵਾਪਸ ਪਾਉਣਾ, ਲਵ ਮੈਰਿਜ, ਸੌਦਨ ਦੁਸ਼ਮਣ ਤੋਂ ਛੁਟਕਾਰਾ, ਜ਼ਮੀਨੀ ਝਗੜਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਿਦੇਸ਼ 'ਚ ਪੱਕਾ ਹੋਣਾ, ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ, ਗੁਪਤ ਵਸ਼ੀਕਰਨ ਕਰਾਓ, ਮਨ ਚਾਹ ਪਿਆਰ ਪਾਓ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ। ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9969600755।